ਸਤਿਕਾਰ ਦੋਸਤੋ, ਫਿਰ ਤੋਂ ਸਵਾਗਤ ਹੈ ਇੱਕ ਵਾਰੀ ਤੁਹਾਡਾ ਆਪਣੇ ਚੈਨਲ ਵਿੱਚ। ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆ ਪਿੱਲੋ ਦਾ ਕਵਰ ਕਿਸ ਤਰ੍ਹਾਂ ਤਿਆਰ ਕਰਨਾ ਹੈ। ਇਹ ਮੈਂ ਜਿਹੜੀ ਫਿਲਿੰਗ ਤੁਹਾਨੂੰ ਦਿਖਾਈ ਸੀ ਪਹਿਲਾਂ, ਉਹ ਵਾਲਾ ਹੈਗਾ ਇਹ ਪਿੱਲੋ। ਇਹਦੇ ਮੁਤਾਬਕ ਤੁਸੀਂ ਕੀ ਕਰਨਾ ਹੈ ਜੀ, ਆਪਣਾ ਕੱਪੜਾ ਜਿਹੜਾ ਹੈਗਾ ਮੇਜਰਮੈਂਟ ਕਰ ਲੈਣਾ, ਇਹਦਾ ਲੈ ਲੈਣਾ ਤੁਸੀਂ ਮੇਜਰਮੈਂਟ ਕਰਕੇ। ਤੇ ਇੱਕ ਇੱਕ ਇੰਚ ਜਿਹੜਾ ਕੱਪੜਾ ਹੈਗਾ ਵੱਧ ਰੱਖਿਆ ਹੋਇਆ ਸੀ। ਇਹ ਹੈਗਾ ਜੀ 14 ਔਰ 23 ਇੰਚ ਹੈਗਾ, ਅਤੇ ਮੈਂ ਇਹਨੂੰ 15 ਅਤੇ 24 ਇੰਚ ਰੱਖਿਆ ਹੋਇਆ। ਇਹਦਾ ਨੀਚੇ ਵਾਲਾ ਪਾਰਟ ਵੀ ਮੈਂ ਤਿਆਰ ਕੀਤਾ, ਉਹਦੇ 2 ਪੀਸ ਹੈ ਜੀ, ਇੱਕ ਵੱਡਾ ਹੈਗਾ ਅਤੇ ਇੱਕ ਹੈਗਾ ਛੋਟਾ ਪਾਰਟ। ਉਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਰੱਖਦੇ ਹੁੰਦੇ ਜਿਹੜਾ, ਤਾਂ ਕਿ ਇਹਦੇ ਵਿੱਚ ਜਿਹੜਾ ਕਵਰ ਹੁੰਦਾ ਇਹ ਨਜ਼ਰ ਨਾ ਆਵੇ। ਅਤੇ ਚਲੋ ਆਪਾਂ ਇਹਦੇ ਉੱਤੇ ਡਿਜ਼ਾਇਨਿੰਗ ਵੀ ਕਰਦੇ ਹਾਂ ਥੋੜ੍ਹੀ ਜੀ। ਪਲੇਨ ਕੱਪੜਾ ਇਹ, ਅਤੇ ਇਸ ਤਰ੍ਹਾਂ ਮੈਂ ਇਹ ਟ੍ਰਾਇੰਗਲ ਸ਼ੇਪ ਦੇ ਵਿੱਚ ਬਣਾ ਕੇ ਰੱਖੇ ਹੋਏ ਨੇ, ਕਟਾਮ ਜੀ ਕਹਿ ਦਿੰਦੇ ਇਹਨਾਂ ਨੂੰ। ਇਹਦੇ ਲਈ ਮੈਂ ਲਿਆ ਹੋਇਆ ਜੀ 2.5 ਇੰਚ ਕੱਪੜਾ, ਸਕੇਅਰ ਕੱਟ ਕੀਤਾ ਹੋਇਆ ਤਕਰੀਬਨ ਇਹ 2.5 ਇੰਚ ਹੈਗਾ, ਦੋਨੋਂ ਸਾਈਡਾਂ ਤੋਂ 2.5 ਇੰਚ ਲੈ ਕੇ ਫਿਰ ਤੁਸੀਂ ਇਹਨੂੰ ਇਸ ਤਰ੍ਹਾਂ ਸੈਂਟਰ ਦੇ ਵਿੱਚੋਂ ਫੋਲਡ ਕਰ ਲੈਣਾ ਟ੍ਰਾਇੰਗਲ ਸ਼ੇਪ ਵਿੱਚ, ਅਤੇ ਇਸ ਤਰ੍ਹਾਂ ਫੋਲਡ ਕਰਨਾ, ਅਤੇ ਇਹ ਬਣ ਜਾਂਦਾ ਕਟਾਮ ਟ੍ਰਾਇੰਗਲ। ਇਸ ਤਰ੍ਹਾਂ ਕਰਕੇ ਤੁਸੀਂ ਕਾਫੀ ਸਾਰੇ ਮੈਂ ਤਿਆਰ ਕੀਤੇ ਹੋਏ ਆ, ਅਤੇ ਇਹਨੂੰ ਮਸ਼ੀਨ ਦੇ ਉੱਪਰ ਇੱਧਰਲੀ ਸਾਈਡ ਸਿਲਾਈ ਲਾਉਂਦੇ ਜਾਣਾ ਇਸ ਤਰ੍ਹਾਂ ਕਰਕੇ। ਪਹਿਲਾਂ ਇਹਦੇ 'ਤੇ ਲਾ ਲਓ ਇਸ ਤਰ੍ਹਾਂ, ਅਤੇ ਚਲੋ ਮੈਂ ਤੁਹਾਨੂੰ ਮਸ਼ੀਨ 'ਤੇ ਫਿਰ ਇਹਦਾ ਦੱਸਦੀ ਹਾਂ ਕਿ ਡਿਜ਼ਾਇਨ ਜਿਹੜਾ ਕਿਸ ਤਰ੍ਹਾਂ ਤਿਆਰ ਕਰਨਾ। ਦੇਖੋ ਜੀ, ਆਪਾਂ ਇੱਥੇ ਡਿਜ਼ਾਇਨਿੰਗ ਕਰਾਂਗੇ ਇਹਦੇ ਉੱਤੇ, ਜਿਵੇਂ ਆਪਾਂ ਇਹ ਟ੍ਰਾਇੰਗਲ ਜੇ ਬਣਾਏ ਨੇ ਇਹਦੇ ਨਾਲ। ਤੁਸੀਂ ਕੀ ਕਰਨਾ ਜੀ, ਆਪਣੇ ਮੁਤਾਬਕ ਜਿਸ ਤਰ੍ਹਾਂ ਦਾ ਵੀ ਡਿਜ਼ਾਇਨ ਤਿਆਰ ਕਰਨਾ ਉਵੇਂ ਉਹਨੂੰ ਲਾ ਸਕਦੇ ਹੋ। ਮੈਂ ਇਹਨੂੰ ਇੱਥੋਂ 5 ਇੰਚ ਕੱਪੜਾ ਇੱਕ ਸਾਈਡ 'ਤੇ ਲਾਊਂਗੀ, ਮੈਂ ਇਹਨੂੰ 5 ਇੰਚ ਕੱਪੜਾ ਛੱਡ ਲੈਣਾ ਹੈਗਾ ਦੇਖੋ, ਅਤੇ ਉੱਪਰੋਂ ਛੱਡ ਲੈਣਾ ਹੈਗਾ 1 ਇੰਚ ਕੱਪੜਾ, ਚਲਾ ਗਿਆ ਸੋਰੀ, 1 ਇੰਚ ਜਿਹੜਾ ਕੱਪੜਾ ਇਹ ਦੇਖੋ ਉੱਪਰੋਂ ਛੱਡ ਕੇ ਇੱਥੇ ਨਿਸ਼ਾਨ ਲਾ ਲੈਣਾ, ਅਤੇ ਇੱਕ ਨਿਸ਼ਾਨ ਸਿੱਧਾ ਲਾ ਲੈਣਾ 5-5 ਇੰਚ ਜਗ੍ਹਾ ਛੱਡ ਕੇ ਉੱਪਰ ਤੋਂ ਲੈ ਕੇ ਨੀਚੇ ਤੱਕ। ਅਤੇ ਚਲੋ ਆਪਾਂ ਇਹਦੇ 'ਤੇ ਕਰਦੇ ਹਾਂ ਹੁਣ ਸਟਾਰਟ। ਇੱਕ ਵਾਰੀ ਮੈਂ ਤੁਹਾਨੂੰ ਦਿਖਾਉਣੀ ਹੈ ਇੱਥੇ, ਥੋੜ੍ਹਾ ਜਿਹਾ ਦੱਸਦੀ ਹਾਂ, ਬਾਕੀ ਤੁਸੀਂ ਆਪਣੇ ਆਪ ਕਰ ਲਿਓ, ਇੱਕ ਵਾਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਦੇਖੋ ਜੀ, ਆਹ ਜਿਹੜੇ ਆਪਾਂ ਟ੍ਰਾਇੰਗਲ ਬਣਾਏ ਆ ਇਹਨਾਂ ਨੂੰ ਆਪਾਂ ਇੱਥੇ ਰੱਖ ਲੈਣਾ, ਇੱਥੋਂ ਸਟਾਰਟ ਕਰਨਾ ਇਸ ਤਰ੍ਹਾਂ, ਅਤੇ ਇਹਦੇ 'ਤੇ 1.5 ਇੰਚ ਮਤਲਬ ਤਕਰੀਬਨ 1-1 ਪੈਰ ਦੀ ਜਿਹੜੀ ਸਿਲਾਈ ਆ ਉਹ ਲਾਉਣੀ ਆ ਆਪਾਂ, ਠੀਕ ਹੈ ਜੀ, ਬਿਲਕੁਲ ਸਿੱਧਾ ਸਿੱਧਾ ਰੱਖਣਾ ਇਹਨੂੰ। ਅਤੇ ਚਲੋ ਫਿਰ ਮੈਂ ਤੁਹਾਨੂੰ ਇਹ ਸਿਲਾਈ ਇੱਕ ਇੱਥੋਂ ਤੱਕ ਮੈਂ ਇਹਨੂੰ ਪੂਰਾ ਲਾ ਦੂੰਗੀ ਇਸ ਤਰ੍ਹਾਂ ਕਰਕੇ, ਇਹਨਾਂ ਦਾ ਜਿਹੜਾ ਮੂੰਹ ਆ ਉਹ ਵਾਰ ਵਾਰ ਨੂੰ ਰੱਖੂੰਗੀ ਮੈਂ ਇੱਧਰ ਇਸ ਤਰ੍ਹਾਂ, ਅਤੇ ਲਾ ਕੇ ਤੁਹਾਨੂੰ ਮੈਂ ਦੁਬਾਰਾ ਦਿਖਾਉਂਦੀ ਹਾਂ ਕਿਸ ਤਰ੍ਹਾਂ ਇਹ ਦੁਬਾਰਾ ਤਿਆਰ ਕਰਨਾ ਜੋ ਬਾਕੀ ਬਚੂਗਾ। ਇੱਕ ਵਾਰੀ ਤੁਸੀਂ ਇਸ ਤਰ੍ਹਾਂ ਇਹਨੂੰ ਇੱਥੇ ਸਿਲਾਈ ਲਾ ਲੈਣੀ। ਚਲੋ ਜੀ, ਇਹ ਵਾਲੀ ਸਿਲਾਈ ਆਪਾਂ ਲਾ ਲਈ ਹੈਗੀ, ਅਤੇ ਫਿਰ ਤੁਸੀਂ ਇਹਨੂੰ ਦੂਸਰੀ ਸਾਈਡ ਜਿਹੜਾ ਇਹ ਵਾਲੀ ਟ੍ਰਾਇੰਗਲ ਹੈ ਉਹਨੂੰ ਇਸ ਤਰ੍ਹਾਂ ਰੱਖਣਾ ਉੱਪਰ, ਜਿਹੜੀ ਆਪਾਂ 1-1 ਪੈਰ ਦੀ ਜਿਹੜੀ ਲਾਈ ਹੋਈ ਹੈ ਨਾ ਸਿਲਾਈ ਉਹਦੇ ਉੱਪਰ, ਤਾਂ ਕਿ ਇਹ ਜਿਹੜੀ ਸਕੇਅਰ ਸ਼ੇਪ ਬਣ ਜਾਵੇ। ਅਤੇ ਇਸ ਤਰ੍ਹਾਂ ਹੀ ਆਪਾਂ ਇਹ ਪੂਰੀ ਸਿਲਾਈ ਲਾ ਲੈਣੀ ਹੈ, ਅਤੇ ਫਿਰ ਤੁਹਾਨੂੰ ਦਿਖਾਉਣੀ ਹੈ ਮੈਂ ਇਸ ਤੋਂ ਬਾਅਦ ਕੀ ਕਰਨਾ। ਦੇਖੋ ਜੀ, ਇਹ ਆਪਣਾ ਜਿਹੜਾ ਬਣ ਕੇ ਇਸ ਤਰ੍ਹਾਂ ਰੈਡੀ ਹੋ ਗਿਆ ਪੂਰਾ, ਇੱਕ ਸਾਈਡ 'ਤੇ ਲੱਗਿਆ ਹੋਇਆ ਜਿਹੜਾ ਇਹ ਟ੍ਰਾਇੰਗਲ ਸੀਗੇ ਉਹ ਮੈਂ ਜੋੜ ਲਏ, ਅਤੇ ਇਹਦੀ ਜਿਹੜੀ ਸੀਨ ਆ ਉਹਨੂੰ ਲੁਕਾਉਣ ਵਾਸਤੇ ਮੇਰੇ ਕੋਲ ਨਾ ਇੱਕ ਪੁਰਾਣੀ ਛੋਟੀ ਜਿਹੀ ਲੈਸ ਪਈ ਸੀ, ਮੈਂ ਉਹੀ ਲਾ ਦੂੰਗੀ। ਅਤੇ ਚਲੋ ਜੀ, ਲੈਸ ਨੂੰ ਕੀ ਕਰਨਾ, ਤੁਸੀਂ ਇਹ ਜਿਹੜੀ ਸਿਲਾਈ ਹੈ ਅਤੇ ਇਸ ਤਰ੍ਹਾਂ ਰੱਖ ਲੈਣਾ, ਅਤੇ ਬਾਅਦ 'ਚ ਤੁਹਾਨੂੰ ਮੈਂ ਫਿਰ ਦਿਖਾਉਂਦੀ ਹਾਂ ਲਾ ਦੇਣਾ। ਦੇਖੋ ਜੀ, ਇਹ ਆਪਣੀ ਜਿਹੜੀ ਡਿਜ਼ਾਇਨ ਬਣ ਕੇ ਇੰਨਾ ਕੁ ਤਾਂ ਰੈਡੀ ਹੋ ਚੁੱਕਿਆ, ਵਿਚਾਲੇ ਲੈਸ ਵੀ ਲੱਗ ਗਈ, ਅਤੇ ਜਿਹੜੀ ਬਾਕੀ ਆ ਬਚੀ ਹੋਈ ਹੈ ਮੇਰੇ ਕੋਲ ਕਾਫੀ ਸਾਰੀ, ਉਹਨੂੰ ਮੈਂ ਇਹਦੇ 4 ਚੁਫੇਰੇ ਇਸ ਤਰ੍ਹਾਂ ਲਾ ਦੂੰਗੀ। ਅਤੇ ਦੱਸਦੀ ਹਾਂ ਕਿ ਕਿਸ ਤਰ੍ਹਾਂ ਲਾਉਣੀ ਆ, ਤੁਸੀਂ ਐਂ ਕਰਨਾ ਜੀ ਇਹਨੂੰ ਇੱਥੇ ਰੱਖ ਲੈਣਾ ਇੱਥੇ, ਅਤੇ ਇਹਨੂੰ ਇਹਦੇ ਸੈੱਟ ਕਰਦੇ ਜਾਣਾ ਇਸ ਤਰ੍ਹਾਂ, ਅਤੇ ਕਰਕੇ ਉਹਨੂੰ ਇਸ ਤਰ੍ਹਾਂ, ਅਤੇ 4 ਚੁਫੇਰੇ ਤੁਸੀਂ ਇਹਦੇ ਸਿਲਾਈ ਲਾ ਲੈਣੀ ਆ ਇਸ ਤਰ੍ਹਾਂ ਕਰਕੇ। ਅਤੇ ਚਲੋ ਫਿਰ ਮੈਂ ਤੁਹਾਨੂੰ ਸਿਲਾਈ ਲਾ ਕੇ ਦਿਖਾਉਂਦੀ ਹਾਂ ਥੋੜ੍ਹਾ। ਦੇਖੋ ਜੀ, ਇਹ ਆਪਣਾ ਜਿਹੜਾ ਸੀਗਾ 4 ਸਾਈਡਾਂ 'ਤੇ ਲੱਗ ਚੁੱਕਿਆ, ਅਤੇ ਬਸ ਹੁਣ ਇਹਨੂੰ ਆਪਾਂ ਸਟਿੱਚ ਕਰ ਦੇਣਾ। ਨੀਚੇ ਵਾਲਾ ਜਿਹੜਾ ਕੱਪੜਾ ਹੈਗਾ ਉਹਨੂੰ ਤੁਸੀਂ ਕੀ ਕਰਨਾ ਜੀ, ਇਸ ਤਰ੍ਹਾਂ ਰੱਖ ਲੈਣਾ ਉੱਪਰ ਕਰਕੇ ਦੋਨਾਂ ਨੂੰ ਇਸ ਤਰ੍ਹਾਂ ਕੋਲ ਕਰ ਲੈਣਾ।
छोटा पीस है वही है ना। सॉरी जी, इस तरह रख लियो। तो हूँ आप चार साइडा तो सिलाई लगा देने, अद्धा अद्धा इंच का मार्जिन छड़ के। तो चलो चलते हैं सिलाई लगाने तो बाद दिखाने। देखो जी इस तरह ये बन के तैयार हो गया सारा। मैं जो कल वाला सीगा फिलिंग करनी सिखाई वो भर दिता है, तो ये उपर मैं टॉप स्टिच ला दी हैगी। देखो जी कि सोहना डिजाइन बन के तैयार होया अपना, बहुत सोहना लग रहा। ये मैं इस तरह हल्का जहाँ तैयार किया जी, क्योंकि मैं हैगी सर्वाइकल की प्रॉब्लम, ज़्यादा व्डा जोड़ा सराहना है वो नहीं लाँगी मैं। तो तुम ज़्यादा फिलिंग करके भी इन बहुत सोहना बना सकते हो। तो दस्यो जी मेरी वीडियो तुम किस तरह की लगी, लाइक करो, शेयर करो, सबसक्राइब करो, कमेंट करके जरूर दस्यो। चलती कला जी।